ਇਸ ਸੈਸ਼ਨ ਨੂੰ ਜਿਹੜੇ ਸਵਾਲ ਜਵਾਬ ਦਾ ਤਾਸੁਰਾਤ ਦਾ ਸੈਸ਼ਨ ਹੈ ਇਸ ਨੂੰ ਇੱਥੇ ਹੀ ਮੁਕਾਨੇ ਆ ਡਾਕਟਰ ਜ਼ੂਰ ਅਹਿਮਦ ਅਵਾਨ ਸਾਹਿਬ ਨੇ ਜਿਸ ਅਜ਼ਮ ਦਾ ਇਜ਼ਹਾਰ ਕੀਤਾ ਹੈ ਇਨਸ਼ਾਅੱਲਾ ਅਸੀਂ ਇਸ ਨੂੰ ਪੂਰਾ ਕਰ ਸੀਏ ਦੋਸਤੋ ਭਰਾਓ ਭੈਣੋ ਇਹ ਦੋ ਰੋਜ਼ਾ ਹਿੰਦਕੋ ਆਲਮੀ ਕਾਨਫਰੰਸ ਦੀ ਖਾਬ ਆਇਆ ਸਾਡੇ ਇੱਥੇ ਬੈਠੇ ਹੋਏ ਬਾਜ਼ ਦੋਸਤਾਂ ਨੇ ਚਿੱਠਾਂ ਭੇਜੀਆਂ ਕਿ ਸਾਡਾ 35 ਸਾਲਾਂ ਦਾ ਖਾਬ ਹੈ ਬਾਜ਼ਾਂ ਨੇ ਕਿਹਾ 40 ਸਾਲਾਂ ਦਾ ਖਾਬ ਹੈ ਬਾਜ਼ਾਂ ਦਾ 2 ਸਾਲ ਦਾ ਖਾਬ ਹੈ ਬਾਹਰ ਖਾਬ ਦੀ ਤਾਬੀਰ ਅੱਜ ਹੋ ਗਈ ਹੈ ਅਤੇ ਇਹ ਦੋ ਰੋਜ਼ਾ ਹਿੰਦਕੋ ਆਲਮੀ ਕਾਨਫਰੰਸ ਇੱਕ ਤਾਰੀਖ ਸਾਸ ਕੰਮ ਹੋ ਚੁੱਕਾ ਅਤੇ ਤਾਰੀਖ ਦੇ ਸਫ਼ਿਆਂ 'ਤੇ ਇਹ ਗੱਲ ਸਬਤ ਹੋ ਚੁੱਕੀ ਹੈ ਕਿ ਹਿੰਦਕੋ ਬੋਲਣ ਵਾਲੇ ਆਪਣੀ ਜ਼ੁਬਾਨ ਅਦਬ ਸਕਾਫਤ ਅਤੇ ਹਿੰਦਕੋਵਾਨ ਕਮਿਊਨਿਟੀ ਨੂੰ ਤਰੱਕੀ ਦੇਣ ਦਾ ਅਜ਼ਮ ਕਰ ਚੁੱਕੇ ਅਤੇ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਹਿੰਦਕੋ ਦੀ ਤਰੱਕੀ ਦਾ ਮਕਸਦ ਕਿਸੇ ਦੂਸਰੀ ਜ਼ੁਬਾਨ ਦੀ ਤਰੱਕੀ ਨੂੰ ਤਨਜ਼ਲੀ ਦੀ ਤਰਫ ਲਿਜਾਣੇ ਦਾ ਮਕਸਦ ਕਤਨ ਨਹੀਂ ਗਾ ਹਿੰਦਕੋ ਦੀ ਤਰੱਕੀ ਜਾਂ ਹਿੰਦਕੋਵਾਨਾਂ ਦੀ ਤਰੱਕੀ ਦਾ ਮਕਸਦ ਕਿਸੇ ਦੂਸਰੀ ਕਮਿਊਨਿਟੀ ਕਿਸੇ ਦੂਸਰੀ ਬਰਾਦਰੀ ਨੂੰ ਤਰੱਕੀ ਦੀ ਰਸਤੇ ਸੀ ਰੋਕਣੇ ਦਾ ਅਜ਼ਮ ਨਹੀਂ ਗਾ ਬਲਕਿ ਜਿਸ ਟਾਈਮ ਵੀ ਮੁਖਤਲਿਫ ਗਰੋਹ ਜਦੋਂ ਤਰੱਕੀ ਕਰ ਦੇਣ ਕੋਸ਼ਿਸ਼ਾਂ ਕਰ ਦੇਣ ਅਤੇ ਉਸਦੇ ਵਿੱਚ ਦੂਸਰੇ ਗਰੋਹ ਵੀ ਇੱਕ ਉਹਨਾਂ ਦੇ ਦਰਮਿਆਨ ਸਿਹਤਮੰਦ ਮੁਕਾਬਲਾ ਹੁੰਦਾ ਹੈ ਅਤੇ ਇਹੀ ਦਰਅਸਲ ਅੱਲਾਹ ਤਾਲਾ ਨੂੰ ਮਕਸੂਦ ਵੀ ਹੈ ਕਿ ਇਨਸਾਨ ਨੂੰ ਇੱਕ ਨੱਕ 2 ਅੱਖੀਆਂ ਇੱਕ ਮੂੰਹ ਅਤੇ 2 ਕੰਨ ਨਾਲ ਪੈਦਾ ਕੀਤਾ ਹੈ ਲੇਕਿਨ ਇੱਥੇ ਬੈਠੇ ਇੱਕ ਬੰਦੇ ਦੀ ਵੀ ਸ਼ਕਲ ਦੂਸਰੇ ਨੂੰ ਨਹੀਂ ਮਿਲਦੀ ਵਜ੍ਹਾ ਉਸ ਇਹ ਵੇ ਇਹ ਪਛਾਣ ਦਾ ਜ਼ਰੀਆ ਵੇ ਖੁਦਾ ਆਪਣੂੰ ਪਛਾਣ ਕਰਾਉਣਾ ਚਾਹੁੰਦਾ ਹੈ ਇਸੀ ਤਰ੍ਹਾਂ ਉਸਨੇ ਇਸ ਟਾਈਮ ਜਿੰਨੇ ਵੀ ਇਨਸਾਨ ਪੈਦਾ ਕੀਤੇ ਨੇ ਉਹ ਇੱਕ ਜ਼ੁਬਾਨ ਨਹੀਂ ਬੋਲਦੇ ਮੁਖਤਲਿਫ ਜ਼ੁਬਾਨਾਂ ਬੋਲਦੇ ਨੇ ਇਹ ਵੀ ਅੱਲਾਹ ਤਾਲਾ ਨੇ ਆਪਣੂੰ ਮਨਵਾਉਣ ਦੀ ਖਾਤਰ ਆਪਣੀ ਜ਼ਾਤ ਦੀ ਪਛਾਣ ਕਰਾਉਣ ਦੀ ਖਾਤਰ ਬਤਾਇਆ ਕਿ ਮੈਂ ਇੱਕ ਆਦਮ ਨੂੰ ਪੈਦਾ ਕੀਤਾ ਅਤੇ ਆਦਮ ਨੂੰ ਮੁਖਤਲਿਫ ਕੌਮਾਂ ਕਬੀਲਿਆਂ 'ਚ ਤਕਸੀਮ ਕੀਤਾ ਰੰਗਾਂ ਦੇ ਲਿਹਾਜ਼ ਨਾਲ ਨਸਲਾਂ ਦੇ ਲਿਹਾਜ਼ ਨਾਲ ਜ਼ੁਬਾਨਾਂ ਦੇ ਲਿਹਾਜ਼ ਨਾਲ ਇਲਾਕਿਆਂ ਦੇ ਲਿਹਾਜ਼ ਨਾਲ ਲਿਬਾਸਾਂ ਦੇ ਲਿਹਾਜ਼ ਨਾਲ ਅਤੇ ਫਿਰ ਮੈਂ ਦੇਖਣਾ ਵਾਂ ਕਿ ਇਹਨਾਂ ਨੇ ਆਪਣੀ ਪਛਾਣ ਤਾਂ ਕਰਾਈਏ ਅਤੇ ਆਇਆ ਪਛਾਣ ਦੇ ਉਸ ਹਜ਼ਾਰ ਦੇ ਵਿੱਚ ਕਿੱਥੇ ਪਹੁੰਚੇ ਅੱਲਾ ਇਸ ਤਰ੍ਹਾਂ ਕੁਰਾਨ ਪਾਕ ਵਿੱਚ ਆਇਆ ਕਿ ਖੁਦਾ ਨੇ ਅੱਜ ਤੱਕ ਉਸ ਕੌਮ ਦੀ ਹਾਲਤ ਨੂੰ ਨਹੀਂ ਬਦਲਾ ਨਾ ਉਸ ਗਰੋਹ ਦੀ ਹਾਲਤ ਨੂੰ ਬਦਲਿਆ ਨਾ ਉਸ ਬਰਾਦਰੀ ਦੀ ਹਾਲਤ ਨੂੰ ਬਦਲਿਆ ਜਿਸ ਨੂੰ ਆਪ ਖਿਆਲ ਆਪਣੀ ਹਾਲਤ ਦੇ ਬਦਲਣ ਦਾ ਨਾ ਹੋਵੇ ਕਿਸ਼ੋਰੀਆਂ ਨੂੰ ਆਪਣੀ ਹਾਲਤ ਦੇ ਬਦਲਣ ਦਾ ਖਿਆਲ ਭੁੱਲ ਗਿਆ ਆ ਸੁਬਹ ਸਾਧ ਦੇ ਇਨਕਵਾਨਾਂ ਨੂੰ ਆਪਣੀ ਜ਼ਾਤ ਆਪਣੀ ਹੈਸੀਅਤ ਨੂੰ ਤਰੱਕੀ ਦੇਣ ਦਾ ਹਵਾਲਾ ਭੁੱਲ ਗਏ ਉਹ ਲੋਕ ਪਾਕਿਸਤਾਨ ਦੇ ਜਿੱਥੇ ਵੀ ਇਨਕਵਾਨ ਵੱਸਦੇ ਨੇ ਉਹਨਾਂ ਨੂੰ ਇਸ ਚੀਜ਼ ਦੀ ਪਰਵਾਹ ਹੀ ਨਹੀਂ ਆਈ ਇਸ ਚੀਜ਼ ਨੂੰ ਉਹਨਾਂ ਨੇ ਕਿਸੇ ਖਾਨੇ ਸੜ ਪਿਆ ਕਿ ਸਾਨੇ ਆਪ ਨੂੰ ਤਰੱਕੀ ਨਹੀਂ ਦੇਣੀ ਬਹਰਾਲ ਅਜ਼ਮ ਹੈ ਗੰਦਾਰਿਆਂ ਕੋ ਬੋਰਡ ਪਾਕਿਸਤਾਨ ਦਾ ਕਿ ਸਾਨੇ ਉਸੀ ਆਇਤ ਦੀ ਤਾਬੀਰ ਬਣ ਕੇ ਸਾਨੇ ਤਰੱਕੀ ਕਰਨੀ ਹੈ ਖੁਦਾ ਨੇ ਆਜ ਤੱਕ ਉਸ ਕੌਮ ਕੀ ਹਾਲਤ ਕੋ ਨਹੀਂ ਬਦਲਾ ਨਾ ਹੋ ਜਿਸ ਕੋ ਖਿਆਲ ਆਪਣੀ ਹਾਲਤ ਕੇ ਬਦਲਨੇ ਕਾ ਇਲਾਮਾ ਇਕਬਾਲ ਦਾ ਮਸ਼ਹੂਰ ਸ਼ੇਰ ਉਸੀ ਆਇਤ ਦੀ ਤਾਬੀਰ ਹੈ ਅਤੇ ਉਸੀ ਆਇਤ ਦੀ ਤਾਬੀਰ ਦਾ ਹਵਾਲਾ ਅਸੀਂ ਅੱਗੇ ਚਲਾਉਣੇ ਪਿਆ ਮੁਹਤਰਮ ਇਹ ਤੁਹਾਨੂੰ ਜਿਹੜੀ 2 ਰੋਜ਼ਾ ਹਿੰਦਕੋ ਆਲਮੀ ਕਾਨਫਰੰਸ 'ਤੇ ਤੁਸੀਂ ਦੇਖਦੇ ਹੋ 2 ਦਿਨ ਸੀ ਇਸਦੇ ਪਿੱਛੇ ਸਾਡੇ ਬਜ਼ੁਰਗਾਂ ਦੀ ਸਾਡੇ ਵੱਡਿਆਂ ਦੀ ਰਹਿਨੁਮਾਈ ਗਈ ਲੇਕਿਨ ਉਸਦੇ ਨਾਲ ਨਾਲ ਸਾਡੇ ਗੰਦਾਰਿਆਂ ਕੋ ਬੋਰਡ ਦੇ ਸਾਥੀ ਅਤੇ ਕਾਰਕੁਨ ਉਹਨਾਂ ਦੇ ਨਾਮ ਮੈਂ ਲੈਣਾ ਵਾਂ ਮੁਹਤਰਮ ਸਾਬਰ ਹੁਸੈਨ ਇਮਦਾਦ ਜਨਾਬ ਆਫਤਾਬ ਅਹਿਮਦ ਜ਼ਫਰ ਨਵੀਦ ਜਾਨੀ ਸਿਕੰਦਰ ਹਯਾਤ ਸਿਕੰਦਰ ਸਜਾਦ ਅਹਿਮਦ ਨਫੀਸ ਅਹਿਮਦ ਇਸ਼ਤਿਆਕ ਕਾਦਰੀ ਮਲਕ ਇਮਰਾਨ ਸਾਦਿਕ ਸਬਾਹ ਸਾਜਦ ਨਦੀਮ ਫਿਆਜ਼ ਅਹਿਮਦ ਵਜਾਹਤ ਵਸੀਮ ਸ਼ਾਹਿਦ ਜ਼ੁਬੈਰ ਸਲਮਾਨ ਮੁਹੰਮਦ ਮਜ਼ਹਰ ਅਲੀ ਇਹਨਾਂ ਲੋਕਾਂ ਨੇ ਦਿਨ ਰਾਤ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਵਿੱਚ ਆਪਣਾ ਵਸ ਲਗਾਇਆ ਅਤੇ ਮੈਂ ਇਹਨਾਂ ਸਭ ਨੂੰ ਸਲੂਟ ਕਰਨਾ ਵਾਂ ਸਭ ਨੂੰ ਸਲਾਮ ਕਰਨਾ ਵਾਂ ਅਤੇ ਮੈਂ ਇਹ ਪੁਕਾਰਨਾ ਵਾਂ ਕਿ ਇਹ ਜਿਹੜੇ ਮੇਰੇ 10-12 ਨਾਮ ਪੁਕਾਰੇ ਇਸ ਚਾਹੀਦਾ ਵੇ ਕਿ ਅਸੀਂ ਸੈਂਕੜਾ ਨਾਮ ਅਗਲੀ ਹਿੰਦਕੋ ਆਲਮੀ ਕਾਨਫਰੰਸ ਜਦੋਂ ਮੁਨਕਦ ਕਰੀਏ ਅਤੇ ਮੇਰੇ ਕੋਲ ਇੱਕ ਨਾਮਾਂ ਦੀ ਲੰਮੀ ਲਿਸਟ ਹੋਵੇ ਕਿ ਮੈਂ ਥੱਕ ਜਾਵਾਂ ਅਤੇ ਉਹ ਨਾਮ ਖਤਮ ਨਾ ਹੋਵਣ ਮੁਹਤਰਮ ਸ਼ੁਰਕਾਏ ਹਿੰਦਕੋ ਆਲਮੀ ਕਾਨਫਰੰਸ ਮੈਂ ਆਪਣੀ ਭੈਣਾਂ ਨੂੰ ਆਪਣੀ ਮਾਵਾਂ ਨੂੰ ਆਪਣੇ ਭਰਾਵਾਂ ਨੂੰ ਦਿਲ ਦੀ ਗਹਿਰਾਈਆਂ ਨਾਲ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਸਾਡੀ ਦਾਵਤ 'ਤੇ ਲਬੈਕ ਕਹੀਏ ਉਹਨਾਂ ਤਮਾਮ ਉਹਨਾਂ ਸਾਥੀਆਂ ਦਾ
جڑے پشور شہر سی باہر سی تشریف لائن خاص کر ان احباب دا کہ جڑے ملک سی باہر صرف اور صرف اس کانفرنس نو اٹینڈ کرنے سے آئیں اس کانفرنس شرکت کرنے سے آئیں میں دو بندے دا نام ضرور لیسا ڈاکٹر امجد حسین دا جڑا امریکہ سی خاص طور تے اس کانفرنس نو اٹینڈ کرنے سے آئیں تے ڈاکٹر الہی بخش اختر اوان صاحب دا جڑا لندن سی اس ہندکو عالمی کانفرنس شرکت کرنے سے آئیں میں انہاں دی عظمت نو تے ہندکو دوستی نو سلام پیش کرنا ہوں میں اتھے گندارا ہندکو بورڈ پاکستان دے تین افراد دا ذکر کرنا مناسب سمجھنا ہوں ایک ڈاکٹر ظہور احمد اوان دا ایک ڈاکٹر عدنان گل دا ایک ڈاکٹر صلاح الدین دا ضیاءالدین تا میں آپ ہاں میں کارکن ہاں خادم ہاں نوکر ہاں اس تحریک دا اس کم دا جا ہندکو دے نام تے ہوندا پیا ہے میں کردا کارکن ہاں تے کارکن ہی رہ سا جناب علی محترم اسی بعد اسی ہن کھانے دا وقفے دا اعلان کر لیا کھانے دا وقفہ اسی پیچھے گراؤنڈ دے وچ میدان دے وچ کھانا تھوڑا انتظار کردا پیا ہے اسی امید کر لیا کہ اس سلسلے جڑی کوتاہی ساڈے سی رہ گئی ہوئے تو اسی سانوں معاف کر سو جڑی ساڈی خاص کر جڑے باہر دے مہمان آئے انہاں دی میزبانی دے وچ اگر ساڈے سی کوئی کمی رہ گئی ہوئے تے اسی انہاں سی انتہائی معذرت کر لیا